ਮੈਂ ਕਰਕੇ ਸੁਣ ਸਨਾ ਜਿਵੇਂ ਬਚਪਨ ਕਰਨਾਮ ਦਾ ਕੋਈ ਨੂੰ ਬਾਲੀ ਨਾ ਉਹ ਤਾਂ ਕਰਨਾਮ ਦੇ ਨਾ ਹੁਣ ਪਰ ਹਾਂ ਉਹ ਤੈਨੂੰ ਬੜਾ ਪਤਾ ਹੈ ਤੂੰ ਸਾਰੀ ਜ਼ਿੰਦਗੀ ਹੈ ਖੇਡਦੀ ਰਹੀ ਹੈ ਓ ਖਰਾਬ ਹੋ ਗਿਆ ਨਾ ਅੰਨੀ ਹੈ ਖਰਾਬ ਐ ਵਿੱਚ ਕਿਉਂ ਧਾਗਾ ਹੀ ਡਿੰਗਾ ਹੋਇਆ ਵੇਖ ਹੁਣ ਅੱਛਾ ਇਹ ਅੱਛਾ ਤੈਨੂੰ ਨਾਂਦੀ ਨਨੋ ਜੀ ਮੇਰੀ ਭੈਣ ਕੋਈ ਹੁੰਦੀ ਤਾਂ ਮੈਂ ਉਹਦੇ ਨਾਲ ਖੇਡਦੀ ਮੇਰੀ ਨਾ ਕੋਈ ਭੈਣ ਨਾ ਭਰਾ ਉਹਨਾਂ ਨਾਲ ਖੇਡ ਲੈ ਚਲਾ ਮੈਂ ਤੇਰੀ ਭੈਣ ਆ ਮੇਰੇ ਨਾਲ ਤੂੰ ਖੇਡ ਲਵਾ ਜੇ ਅਸੀਂ ਤਾਂ ਰੋਜ਼ ਖੇਡਦੀ ਆ ਅਸੀਂ ਤਾਂ ਨਿਤ ਖੇਡਦੀ ਆ ਖੇਡ ਲਾ ਜੇ ਤੂੰ ਖੇਡ ਜੀ ਚਲ ਕੱਟ ਕੱਟ ਦਾ ਮੈਂ ਆਪਣੀ ਭੈਣ ਸਮਝਿਆ ਕਰ ਇਹਨੂੰ ਨਾ ਭੈਣ ਸਦੀ ਹੈ ਡੈਣ ਹੈ ਜੀ ਮੈਂ ਤੇ ਹਰ ਕਿਸੇ ਨੂੰ ਆਪਣੀ ਭੈਣ ਸਮਝਦੀ ਪਰ ਉਹ ਮੈਨੂੰ ਭੈਣ ਸਮਝ ਵਾਲੀ ਉਸ ਕਾਰਡ ਲਈ ਇਹ ਇਹ ਕੋਈ ਨਹੀਂ ਸੁਣ ਨਿਕਲਣਾ ਕੋਈ ਨਹੀਂ ਸੁਣ ਨਿਕਲਣਾ ਮੇਰੀ ਭੈਣ ਨੂੰ ਖੇਡਣਾ ਕੋਈ ਨੂੰ ਹੁੰਦਾ ਤੈਨੂੰ ਬੜਾ ਧਾਗੇ ਤਰੋੜਦੀ ਰਹਿੰਦੀ ਹੈ ਤੁਸੀਂ ਧਾਗੇ ਜ਼ਾਇਆ ਕਰਦੇ ਰਹਿੰਦੇ ਕੂੜ ਮਰੇਂਦੀ ਹੈ ਜੀ ਇਹਨੇ ਇਹਨੇ ਖੇਡੀ ਹੋਣਾ ਤੈਨੂੰ ਤੋ ਸਹੀ ਨਾ ਹੀ ਬਣਾਇਆ ਹੁਣ ਸਹੀ ਬਣ ਇੰਜ ਸਮਝਾਵਾ ਤੈਨੂੰ ਮੈਨੂੰ ਨਹੀਂ ਸਮਝ ਆਉਂਦਾ ਇੱਥੇ ਅੰਗੂਠਾ ਪਾ ਇੱਥੇ ਅੰਗੂਠਾ ਪਾ ਤੇ ਇੱਥੇ ਚੀਜ਼ ਨਹੀਂ ਨਹੀਂ ਮੈਂ ਵੀ ਕੋਈ ਨਹੀਂ ਦੱਸਣਾ ਕਿ ਮੈਂ ਪਤਨੀ ਹਾਂ ਗਲਤ ਤੂੰ ਕੀਤਾ ਨਾ ਉਹੀ ਤਾਂ ਮੈਂ ਕਿਹਾ ਤੇਰੇ ਕੋਲ ਹੋਰ ਕੁਝ ਖੇਡਣ ਨਹੀਂ ਆਉਂਦਾ ਨਹੀਂ ਅੱਛਾ ਮੈਂ ਅੰਗਲ ਵੱਡਾ ਠਾੜੀ ਮੇਰੀ ਅੰਗਲ ਵਾਲਾ ਮੇਰੀ ਭੈਣ ਦੀ ਅੰਗਲ ਬੜੀ ਸਾਰਾ ਕੰਮ ਨਾ ਕਰਦੀ ਹੈ ਸਹੀ ਦੀ ਕੋਈ ਨਹੀਂ ਬਿਟੀ ਨਹੀਂ ਕੈਂਚੀ ਬਣਾਈ ਨਹੀਂ ਆ ਅਬੂ ਜੀ ਕਦੇ ਵੀ ਪੁੱਤਰ ਅਸੀਂ ਅਬੂ ਜੀ ਆ ਜਿਹੜਾ ਧਾਗੇ ਨਾਲ ਖੇਡਿੰਦਾ ਹੈ ਅਸੀਂ ਉਹ ਖੇਡਦੀਆਂ ਪਈਆਂ ਅਸੀਂ ਤੇ ਇਹ ਪਿਆ ਇਸ ਨੂੰ ਮੈਂ ਕਿਹਾ ਤੈਨੂੰ ਖੇਡਣਾ ਆਉਂਦਾ ਹੈ ਇਸ ਆਖਿਆ ਅਗਰ ਕੋਈ ਮੇਰੀ ਭੈਣ ਆਉਂਦੀ ਨਾ ਤਾਂ ਮੈਂ ਵੀ ਉਹਦੇ ਨਾਲ ਖੇਡਾਂ ਅਬੂ ਜੀ 100 ਰੁਪਇਆ ਤਾਂ ਦਿਓ ਜੀ ਉਹਨਾਂ ਦੀ ਕੀ ਲੋੜ ਬੋਲੇ ਵਾਲਾ ਆਇਆ ਖਲੋਤਾ ਮੈਂ ਦੱਸਣੀ ਆ ਇਸ ਗੋਲੇ ਖਾਵਣੇ ਅੱਗੇ ਲੈ ਕੇ ਦਿੱਤਾ ਹੈ ਆ ਪੁੱਛ ਲਓ ਉਸ ਔਰ ਅੱਤੇ ਰੰਗ ਵਾਲਾ ਇਹ ਬੂੰਦ ਕੋਲ ਹੋਰ ਵੀ ਬੜੇ ਰੰਗ ਹੈ ਹੁਣ ਅਬੂ ਕਾਲੇ ਰੰਗ ਵਾਲਾ ਲੈ ਕੇ ਦੇ ਦੇ ਆ ਜੰਮੂ ਅੱਛਾ ਮੇਰਾ ਪੁੱਤਰ ਹੋਰ ਖੇਡਦੇ ਰਿਹਾ ਇਸ ਕਾਕੀ ਦਾ ਪਿਓ ਆਇਆ ਗੁਲਾਮ ਸੈਨ ਤੂੰ ਵੀ ਪਰੇਸ਼ਾਨ ਨਾ ਹੋ ਤੇ ਤੂੰ ਵੀ ਬੱਚੇ ਪਰੇਸ਼ਾਨ ਨਾ ਹੋ ਮਹਿਕ ਹੈ ਨਾ ਤੇਰਾ ਅੱਛਾ ਤੁਸੀਂ ਵੀ ਪਰੇਸ਼ਾਨ ਨਾ ਹੋਵੋ ਮੈਂ ਅੱਬੂ ਹੋਰੀ ਅਗਰ ਕਿਸੇ ਨੇ ਘਰ ਸਾਡੇ ਲੈ ਕੇ ਆਏ ਨਾ ਤੇ ਸੋਚ ਸਮਝ ਕੇ ਲੈ ਕੇ ਆਏ ਠੀਕ ਹੈ ਇਹ ਜ਼ਿਹਨ ਚ ਨਹੀਂ ਰੱਖਣੀ ਔਰ ਅਬੂ ਜੀ ਕਿਤੇ ਬਾਹਰ ਡੇਰੇ ਤੇ ਇਹ ਘਰ ਹੀ ਆਏ ਨਹੀਂ ਨਹੀਂ ਇਹ ਘਰ ਤਾਂ ਨਾ ਖਿਆ ਗਾ ਘਰ ਲਾਇਆ ਅੱਛਾ ਮੈਂ ਉਹਦੇ ਕੋਲ ਬੰਦ ਆ ਠੀਕ ਹੈ ਬੂਮੇ ਮਿਲ ਜੀ ਜੀ ਆ ਜਾ ਹੁਣ ਹੈ ਗੋਟੀ ਗੋਟੀ ਵਾਲ ਕੇ ਪਰ ਰੱਖ ਜਾ ਮੇਰੀ ਗੱਲ ਸੁਣ ਡਰਦਾ ਉਦੋਂ ਬੰਦਾ ਹੈ ਜਦੋਂ ਕੋਈ ਗਲਤ ਕਰਦਾ ਹੈ ਤੂੰ ਜੋ ਵੀ ਕੀਤਾ ਹੈ ਹੱਕ ਸ਼ਰੀਅਤ ਦਾ ਫੈਸਲਾ ਕੀਤੇ ਕਿ ਮੈਂ ਨਿਕਾਹ ਕਰ ਲਵਾਂ ਔਰ ਸਭ ਤੋਂ ਵੱਡੀ ਗੱਲ ਜੋ ਗੱਲਾਂ ਹੋਈਆਂ ਉਹ ਤੂੰ ਆਪਣੇ ਬਾਪ ਦੇ ਮੂੰਹ ਤੇ ਬੈਠ ਕੇ ਗੱਲਾਂ ਕਰਨੀਆਂ ਕਿ ਅਬੂ ਜੀ ਤੁਸੀਂ ਇਸ ਜਗ੍ਹਾ ਤੋਂ ਗਲਤ ਹੋ ਕਿਉਂਕਿ ਸਾਡੇ ਮਾਂ ਪਿਓ ਅਗਰ ਗਲਤ ਰਾਹ ਤੇ ਆਉਂਦਾ ਸੀ ਉਹਨਾਂ ਨੂੰ ਵੀ ਸੁਧਾਰ ਸਕਣਾ ਆਪ ਦਾ ਹੱਕ ਹੈ ਤੇ ਸਾਡਾ ਵੀ ਹੱਕ ਜੀ ਠੀਕ ਹੈ ਔਰ ਦੂਸਰਾ ਤੂੰ ਇੱਕ ਵਾਰੀ ਸਾਹਮਣੇ ਨਾ ਕਿਉਂਕਿ ਦੀ ਦੀ ਵਾਸਤੇ ਪਿਓ ਦੀ ਗੈਰਤ ਤਾਂ ਥੋੜ੍ਹਾ ਜਿਹਾ ਤਕਾਜ਼ ਆਉਂਦਾ ਹੈ ਪਰ ਉਹਨਾਂ ਵੇ ਕਿ ਉਹ ਬਿਨਾਂ ਕੋਈ ਸੋਚੇ ਸਮਝੇ ਤੈਨੂੰ ਕੋਈ ਚੀਜ਼ ਚਾਹਤੇ ਇਹ ਦੇਖ ਇਹ ਖੰਦਰ ਬੰਦਾ ਹੈ ਮੈਂ ਇੱਥੇ ਬੈਠੀ ਹਾਂ ਤੇ ਚਾਹ ਪਾਣੀ ਨਹੀਂ ਕੋਈ ਨਹੀਂ ਕਿਸੇ ਸ਼ਾਇਦ ਕੋਈ ਨਹੀਂ ਜ਼ਰੂਰਤ ਉਹ ਬੱਚੀ ਮੇਰੀ ਆਈ ਤੇ ਉਹ ਸੁਧਵਾਇਆ ਹੈ ਨਾ ਮੈਂ ਕੋ ਉਹ ਦਿਓ ਮੈਂ ਲੈ ਜਾਵਾਂ ਕਿਦੇ ਆ ਜਦੋਂ ਬੱਚੀ ਤੁਹਾਡੀ ਘਰੋਂ ਨਿਕਲੀ ਮੈਂ ਕਿ ਨਹੀਂ ਗਿਆ ਸੁਕਾਮ ਕਿ ਨਹੀਂ ਗਿਆ ਅੱਛਾ
कितने खर्च होगा बीवी फौत हो तो छोटी दे यार जो बहुत हो गया पांच छह साल दिया उसके पीछे शादी करने की कोशिश नहीं की थी या लद्दी काल में शादी इसे वास्ते ही शादी करूँगा बिकसा के जड़ा ना इनको परवरिश कराना ला जा और मैं तो कोई ना करनी शादी बच्ची दी खातर कर रहे हो या अपने सुकून पीछे कर रहे हो बच्चे वास्ते ही करते हैं अच्छा ये ए पानी दोबारा मैंने तू पा के देवो अना भला ये पानी किवें दोबारा पाया जा सकता है क्यों ये पानी तो नहीं फंदा दोबारा नहीं पा सकता कौन है जेड़ा दोबारा पानी ये पा दे कोई भी नहीं ठीक उस तरह एक बार इज्जत मिट्टी च मिल जावे तो दोबारा किवें समेटी जा सकती है क्या बच्ची तेरे ते बोझ है नहीं कितने खा लेंदी बच्ची तेरा दिहाड़ दे विच कितने कपड़ा पहनती उसे मां प्यो जो औलाद जेंदा है किसे मतलब पीछे जेंदा है कि मैनू ए दे विच कोई मफाद नजर आवे या अपने सकून पण जेंदे हो कि साडे बुढ़ापे दा सहारा बने तेने पता तेरी बच्ची कित्थों भद आंदी दरिया तरक मरेंदी पई है हाँ जिस शख्स ने तू बच्ची दा निकाह करेंदा पे कितने साल दा है तू मैं 30 साल दा 30 साल दा मैंने तो थानू गाल कट दे भी शर्म आंदी पई कि मैं थानू गाल किवें कड्डा क्योंकि घर आया तो दुश्मन नू ही बंदा माफ कर देंदा है मेरे घर दे विच आयो क्योंकि मेरे घर दी दहलीज दे विच पहले थोड़ी बेटी पैर रखिया और 50 साल दे उम्र दे नाल बच्चे दी बच्ची दी शादी करदा पे नहीं बच्ची दी खातिर नहीं नहीं जी वो बच्ची है लगी है मैं तरी करदा बच्चा कदी भी झूठ नहीं मारदा क्योंकि बच्चा एक फरिश्ता होंदा और वो भी नशे ही ना जेड़ा नशा करदा है ये फैसला करन तो पहले तेनू जमीन वेल क्यों नहीं दीता कि थल्ले लै के मर जा तू मर क्यों ना गया जदों अल्लाह पाक की बेटी नू रहमत दा नाम दिता है तू कौन होना है बच्ची नू अपने ते बोझ समझण वाला तू मफाद लभदा वदा है कि तू किहनू देवे जिहड़ी के उहदी उहदे बदले च तैनू वी कढ दीवे बाप ते अपने जिगर दा खून पी वेंदे ने अपनी औलाद नू अपनी गर्दन दा गर्दन कट सटेंदे लेकिन औलाद नू आंच नहीं आवण देंदे तू कैसा बाप है बदबख्त बाप है तू ते अल्लाह पाक तेन दुनिया की उस आख्या इस उस जहान ते इत्थे लानत पा छड़ी के तू अपनी बच्ची दी सौदा करेंदा वदा शर्म आवनी चाहीदी है थोड़ी जी शर्म ही ते चुल्ली च पानी लैके बुढ़ के मर जा तुसे ये बच्ची झूठ बोलदी पई है जी मैं बच्ची झूठ बोलदी पई है तेरे अबू दा आखने के तू सब झूठ बोले है कोई ऐसी गल नहीं जी झूठ बोले मेरे प्यो दा एक कोई सवाल होंदा है मैं इत्थे कदो तू वड्डी हो से कदो तू वड्डी हो से मैं ते समझदी हां भाई मेरा प्यो आदा है तू वड्डी होंदी तो मैं रोटियां पका के देंदी मैं रोटियां पकावनियां ही शुरू कर छड़ियां लेकिन मोड़ भी मेरे प्यो दा उवा सवाल रहा कदों वड्डी हो सें तू कदों वड्डी हो सें कदों तू वड्डी हो सें मैं लगता ही वे बोरी आंदे भाई मैनू कपड़े इस्तरी करके देवे मैनू कपड़े धो के देवे लेकिन मोड़ भी मेरे प्यो दा उवा सवाल रहा कदों तू वड्डी हो सें मेरा प्यो मैनू देख के आप पर नीवना चाहता आई ਹੁਣ ਮੈਨੂੰ ਸਮਝ ਲੱਗੀ ਤੇ ਮੇਰਾ ਪਿਓ ਕਿਉਂ ਮੈਨੂੰ ਆਦਾ ਈ ਕਦੋਂ ਤੂੰ ਵੱਡੀ ਹੋ ਸੈ ਕਦੋਂ ਤੂੰ ਵੱਡੀ ਹੋ ਸੈ ਬੇਟੀ ਹਮੇਸ਼ਾ ਪਿਓ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਹੈ ਮੇਰੇ ਅੱਬੂ ਘਰ ਆਉਣਾ ਮੇਰੇ ਅੱਬੂ ਚਾਹ ਪੀਣੀ ਮੇਰੇ ਅੱਬੂ ਦੇ ਕੱਪੜੇ ਧੋਤੇ ਪੈਣ ਮੇਰੇ ਅੱਬੂ ਰੋਟੀ ਖਾਧੀ ਹੈ ਜਾਂ ਮੇਰਾ ਅੱਬੂ ਅੱਜ ਭੁੱਖਾ ਸੁੱਤਾ ਪਿਆ
हर बाप की नजर है कि मेरी बेटी वड्डी कदा होवे, मैं देख के जल्दी जल्दी दूई ले आवां, इस घर दे विच उन्हें जल्दी दफा करा और मैं जल्दी कर सटा। खुदा दा खौफ करो, इस जहलीयत चो बाहर आ जाओ। अल्लाह पाक जदों किसी दे घर बेटी देंदा है ना, उसके कंधियां ते बड़ी वड्डी जिम्मेदारी देंदा है और वो उसनू इस काबिल समझेंदा ते बेटी देंदा है। लेकिन इयो जे को शऊर वाले प्यो हो सकदे ने कि जिन्हां नू इयो जे शऊर है जिन्हां नू अपनी धी दी कदर काई ने। बस चाचा मेरी अखी ते पर्दा हो सके ते मैनू माफ कर दे, और थोड़ी इस गल मेरी अखी खोल दिती है। मैं ना ही पता, मैं थोड़े दोवां तों अपनी धी तों माफी मंगदा। की गारंटी है कि तू दोबारा ये हरकत ना करे? से जो गारंटी लेना चाहते ले लो। नोकिया हाँ जी सुंदर ऐ बच्चे ने दे पे जना गुलाम हुसैन ने नोकिया नोकिया ने सदेन दे। मैं जानदा साडे घर ही खेड़दा वदंदा, साडे घर ही खेड़दा वदंदा। एक यतीम बच्चा है, यतीम है, मस्कीन है, इस दुनिया ते अल्लाह दी जात सिवा कोई भी नहीं। लेकिन तेरी बच्ची दे नाल सकूल पढ़दा है, तेरी बच्ची जो समझ आया ना कि दुनिया ते कोई शख्स नहीं बच्चा मेरे दिल की आवाज सुनने वाला, उस वक्त उस इसनु सहारा बनाया, इसनु दसी स अपने दिल की गल कि मेरे ते ऐ बीतती पई है। इस बच्चे का सिर्फ कद छोटा है, यह 16 साल का है। अतों बेगैरत बाप नालों तो इस बच्चे की गैरत वध गई कि इस आख्या चल मैं तेरे नाल निकाह अगर नहीं कर सकता, इस जहान ते जी ना सकता, तो चल दोवें कट्ठे दरिया दरक मार देवी है मर जाने। और ये बच्ची तो दोवें एक दूजे को हद तो ज़्यादा प्यार करेंगे। उन्हां दी उम्र शादी की नहीं, उन्हां दी कोई सुनने वाला नहीं, उन्हां मौत का राह चुन लिया। अल्लाह पाक दुनिया ते इंसान नूं इस वास्ते नहीं भेजिया कि सिर्फ गुनाह कर, गुनाह दी सजा ते अल्लाह देवण वाला है। मैं ना गुनहगार, एक बार मैनूं माफ कर दे, एक बार मैनूं मौका दे। बाद ये लड़का इस नाल शादी करके इसनूं जिंदगी अच्छी इसकी संवारना चाहता है और इसकी जिंदगी इस अपने नाल गुजारना चाहता है, क्या तैनूं मंजूर है? अगर तुम इस गल ते रजामंद हो तो मैनूं भी मंजूर है। असी इस वास्ते रजावांद अज बाप धी का यह फैसला लेंदा पे है, एक यतीम बेसहारा आता पे है, मिथे होर कश नहीं, बस एक कोठा है घर का, उत्थे लजा के तेने बहा सकना। उस तो पूछे की कमा सकना कि इनू किवें खवे से, उस आखा जी भांडे धो ले स झाड़ू कर ले स किसी घर का, पर महक दे अखा च अंश बर्दाश्त नहीं होंगे मेरे को। वाली बालिग नहीं हुई, 16 साल की है और 18 साल का बच्चा बालिग हो जाता, और मैं अल्लाह नू हाजिर नाजिर जान के वादा करदा कि इन्हों की शादी मैं खुद करवाई सा, इन्हों का निकाह मैं खुद करवाई सा। और तुसी गल करते हो ना कि इसका वारिस कोई नहीं, आज तो बाद इनका वारिस मैं। उठे पुत्र हो सके तो मैनू माफ कर दे। माफी सुने रब तू मंग, जिदा गुनहगार होंदा पिया साडे कोल नहीं, असी ते इंसान हाँ। और पगड़ी का वारस चाहिदा है ना, अल्लाह तेनू दिता है, धी प्यारी ते जवाई प्यारा करना पौंदा। और रही गल कदां दी, अगर कदां ते गल होंदी ते अज उठ भी मशरेट होंदे। ਸਾਡਾ ਬਹੁਤ ਬਹੁਤ ਸ਼ੁਕਰੀਆ। ਬਸ ਔਰਤ ਨੂੰ ਇੱਕ ਗੈਰਤਮੰਦ ਮਰਦ ਦਾ ਸਹਾਰਾ ਚਾਹੀਦਾ ਹੁੰਦਾ ਹੈ, ਨਾ ਸੁਣੇ ਨਾ ਜਾਇਦਾਦ ਨਾ ਦੌਲਤ ਕੁਛ ਵੀ ਨਹੀਂ, ਸਿਰਫ ਇੱਕ ਮਜ਼ਬੂਤ ਬਾਜ਼ੂਆਂ ਦਾ ਸਹਾਰਾ ਵੇਦੀ ਹੈ। ਉਹਨੂੰ ਜਦੋਂ ਦੁਨੀਆਂ 'ਤੇ ਕੁਛ ਵੀ ਨਜ਼ਰ ਆਇਆ, ਉਸ ਇੱਕ ਬੱਚੇ ਦਾ ਰਾਹ ਚੁਣ ਲਿਆ। ਔਰ ਬਿਹਤਰ ਇੰਨੀ ਕਿ ਇੱਥੇ ਵੀ ਕੁੱਲ ਕਹਿਨਾਤੀ ਹੈ, ਇਸ ਬੱਚੇ 'ਤੇ ਸਹਾਰਾ ਕੋਈ ਨਹੀਂ, ਇਹਦੇ ਸਿਰ 'ਤੇ ਹੱਥ ਰੱਖ ਕੇ ਇਸਨੂੰ ਆਪਣਾ ਪੁੱਤਰ ਬਣਾ ਲਾ। ਮੇਰਾ ਪੁੱਤ ਹੀ ਹੈ। ਠੀਕ ਹੈ ਬੱਚੇ, ਖੁਸ਼ ਹੈ? ਬੱਚੇ ਸ਼ੁਕਰ ਹੈ ਸਿੱਧੇ ਰਾਤ ਚੱਲ ਪਏ।
बस तू भी पोत्र बन के भी खावना है कि मैं इस घर का पोत्र हाँ ठीक है ठीक है ठीक है जी अल्लाह हाफिज़ आलिया देख तेरे फैसले इस अचानक ने एक रुख ही बदल दिया रिश्ते का किवें अबू जी काश मेरे बड़े दी भी तेरे वक्त ना कल बंद होंगे अल्लाह पाक ना अबू जी ऐसे एक हाथ दे विच ऐ पांच उंगलियां बनाई हैं और इन पंजां दे विच फर्क क्यों रखा गया ऐस दा ऐ नहीं मुकाबला कर सकती ऐस दा ऐ नहीं कर सकती ऐस दा ऐ नहीं कर सकता वाकई है गल अच्छा ओ मेरा पुत्र इंज है बाहर दो आ बैठे फिरा अच्छा है जिम्मेदार हो गई अच्छा एक बिरा आंदा है भाई पग वाल माया जमीन सारी का हक मेरा बनता है अच्छा जेड़ी मेरी मर्जी करे तेन मैं वो दे अच्छा निका बिरा गल करेंदा है भाई मां प्यो निके का रलावे होंदा है जदात का वारिस माया जेड़ा मेरा दिल किया तेन मैं वो देसांगा ऐसा जेड़ा मेरा दिल किया मैं रख लैसा बाकी तेन च दे बाकी तेन देसा हूँ मैं समझ नहीं आती भाई पग वाल जेड़ा वड्डा है वह हिस्से का मालिक है या जेड़ा निक्का है वह हिस्से का मालिक है अच्छा ये फैसला थोड़े को करवाना है हाँ असूलन ते अबू जी गल कि दोवें ही वारिस हैं इन्हें गल के प्यो की औलाद है लेकिन इन्हों की इस गल दे विच भी एक वल है अच्छा कि वह आंदा है मेरी जेड़ी दिल की मैं वह रख लई सा दूई तेन दे सा वह आंदा है जिस नुक्कर तू मैं तेन देवनी हुई दे सा दूई सारी मैं रख लई सा अच्छा। जमीन हेके विराह हेकन हिके मां दे जम्मे हुए हिके मां दे जम्मे अगर इस जमीन दे विच उन्हां नू इस चीज दे विच लगदा पिया है ना कि वह फर्क गत्ती खलोते एक मां दे जम्मे ते कोई फर्क नहीं ना होंदा कुछ कभी भी नहीं होंदा भविष्य कोई फर्क नहीं आ दमारे आ दो लै गया आ दो लै गया वारिस तू दो ही हो त्रीया बंदा ते वारिस बन ही नहीं सकता बोएं दे विच लेकिन जिवें उन्हें इस चीज की चोण की ना बुझी मेरे भी दिमाग एक होर काम करता पाया भाई अगर थोड़ी इजाजत हो क्या इन्हों मैं वेख के फैसला ले सकनी हूँ या इन्हों का भी फैसला इन्ह बच्चों और वो मैं मुका सकती हूँ मेरा पुत्र जरा तो फैसला बच्चों का किया है ना ये तो मेरी सोच ही ना आता कि इस तरह तो फैसला करना उन्हां दी जिहड़ी गल है ना उहदे च मैनूं कोई समझ नहीं लगदी कि इहनां दा मैं की फैसला करां अच्छा हाँ ये मैं इजाजत देना तैनूं लेकिन मेरी समझ च अबू जी सारी गल आ गई अच्छा तुसीं बस उन्हां नूं घर लाया दोवां भिरावां नूं दोवां भिरावां नूं अच्छा और पानी शानी उन्हां नूं खवावीए पिवावीए मैं उन्हां नूं वेख के अच्छा और कुछ गल्लां ऐसियां होंदियां जिहड़ियां कि नज़रअंदाज नहीं कीतियां जा सकदियां आ वेखण ते बालण वाली गल डिठिया इंसान दे चेहरे तो ना पता चल जांदा है ये फैसला मैं उन्हां नूं वेख के लई सां अगर अबू जी तुसां मेरे कोलों तां पुछणा है तां ते बाकी उन तुसीं जो फैसला लवो सन ते मुड़े इस चीज़ नाल उन्हां साडा प्यो कदी गलत फैसला लैंदे ही नहीं मेरा पुत्तर गल इह है मैं दोवां भरावां नूं लाया आउंदा जी हां वेख उन्हां नूं परे मेरे ते अबू भरोसा ही नहीं ना मेरा पुत्र भरोसा है तो मैं उस बच्ची दे प्यो नु भी घर लेके आया बस ठीक है अच्छा सचिन मेरा पुत्र मेरी गल सुन साले एक होर गल जी ये दोवें भरा ना घरों निकले अच्छा ते सड़क ते आंदे पए एक भरा उस दा पैर दा खुरा वेख्या उस दूए भरा नु दस्या आए जरा उठ दे पैर का खुरा दुए बिरा गल की मगर जो उठ का खुरा है ना तो जिमें जी चाल है ना ये उठ है कख चुकाना अच्छा जरा बिरा पहले दसदा पे उठ का खुरा वो मुड़ अंदाजा लेंदा पे है कि यह जगह काना है ना तो ये उत्ते कोई मिठा लदे होया कोई गोड़े खांडे
शक्कर है, कोई मीठी चीज लदी हुई है। अच्छा, वो बंदा पिछू एक जरा मालिक उठदा उस पिछू नप लिया उन्होंने। अच्छा, मेरे तुसी चोर हो, वो लाके मेरे को आ गए। अच्छा, ये फैसला भी थोड़े को इना दा आया? इना दा आया, जमीन वालों दा, जमीन जमीन वाले दोवां बिरावां दा। ओ अच्छा, उस मैंने सारी गल दसी, इन वांग मेरा उठ खड़े है, आया इन्हें निशानियां लाइया, तो मैं आख्या उठ दे मेरे चोर ये है। अजे कि उन्होंने उठ दा पता ही कोई, पता ही कोई ना, ना टोर तू अंदाजा लाया, टोर तू अंदाजा लाया, मुड़ अगली गल तू अंदाजा लाया भी उठे उठे। अच्छा, जो मैं उन्होंने को पूछया ना भाई इस थोड़ा चोर बना छड़िया, हूँ तुम दसो भाई तुम जो चोर ने तुसा उठ वेख्या नहीं, थानू कि पता आया निशानी उस उठ दी आए, जोड़ा व्डा ना उस आख्या जो उठ का खुरा है ना वह किसी होर जानवर नाल नहीं रलता, क्योंकि उठ की सारी तली पूरी जमीन ते लगी। बिल्कुल, मैं विराह आख्या भाई उठ का खुरा उस तू निका जेड़ा उस आख्या जी अगर ए जी चाल है ना उठ का खुरा है ना ये हित अख चुकाना है तेरा बेड़ा ठेल जाए तेनू कि पता खुरे दे विचों मैं तेनू कि पता उठ एक अख चुकाना उस आख्या जी मैं रुखा ध्यान मारिया सजी लामू पत्थर टुकेंदा गया खबी लामू पत्थर हेक नहीं टुकया मैं मालूम होंदा है भाई एक अख चुकाना है। अच्छा जेड़ा वड्डा उस तू मैं पूछा भी तेनू कि पता है बे उस ते मीठा लदे होया उस आख्या जी मैं बिरा दे नाल ना टुरदा मैं ध्यान मारिया ना तो पत्थर के उत्ते मीठा लग होया मक्खियां बैठी हुई मैं मक्खियां तो अंदाजा लाया बस उस दे उत्ते ना तो मीठा लगे मीठी लगी हुई है। खैर उस शहर तो मैं कूड़ा करके घर छड़िया बे अंदाजा बिल्कुल सच्चा है तू अपने उठ दी ना जी चोरी वो ना वजा पूरा भी ना वजा कि होर दूजा ढूंढ तेरे चोर के आई ने वो घर वग गया ਉਦੋਂ ਪਿੱਛੇ ਨਾ ਇਹ ਗੱਲ ਮੈਨੂੰ ਸੁਣਾਈ ਆਪਣੀ ਪਾਉਣ ਦੀ ਆਪਣੀ ਪਾਉਣ ਦੀ। ਚਲੋ ਹੁਣ ਮੈਂ ਵੀ ਇਹ ਗੱਲ ਕਰਦੀ ਹਾਂ। ਅੱਛਾ, ਕਿ ਢੇਲ ਨੇ ਗੱਤੋ ਉਹਨਾਂ ਨੂੰ ਘਰ ਲਾਇਆ। ਕਦੀ ਕਦੀ ਜਿਹੜੀ ਹੈ ਨਾ ਰਹਿਮਤ ਤੇ ਕਿਸਮਤ, ਹਾਂ ਉਹ ਦਰਵਾਜ਼ਾ ਖੜਕਾਈਂਦੀ ਹੈ ਲੇਕਿਨ ਬਦਬਖਤ ਅਕਸਰ ਸੁੱਤੇ ਰਹਿ ਜਾਂਦੇ ਨੇ। ਅਗਰ ਇੱਕ ਅੱਬੂ ਜੀ ਉਹ ਨਹੀਂ ਲਾਇਆ ਨਾ ਤੇ ਦੂਆ ਉਹਦਾ ਬਿਰਾਦਾ ਹੀ ਲਾਇਆ। ਅੱਛਾ, ਉਹ ਸਮਝਦਾਰ ਇੱਕ ਦੂਏ ਤੋਂ ਵੱਧ ਕੇ ਹਨ। ਇਹਦਾ ਕੀ ਮਤਲਬ ਮੇਰਾ ਪੁੱਤ? ਅੱਬੂ ਜੀ, ਅਸਾਂ ਇਨਸਾਨਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ ਕਿ ਸਾਡੇ ਅੰਦਰ ਕਿਤਨੀਆਂ ਖੂਬੀਆਂ ਤੇ ਕਿਤਨੀਆਂ ਖਾਮੀਆਂ। ਕੋਈ ਨਾ, ਤੋਰ ਅਸੀਂ ਮੁਲਾਕ ਕੋਲ ਪਾਉਂਦੇ ਹਾਂ, ਕਿਆ ਮੇਰੇ 'ਚ ਕੋਈ ਗਲਤੀ ਵੇਖੀਏ ਤੁਸਾਂ? ਸਾਨੂੰ ਵੀ ਪਤਾ ਸੀ ਜ਼ਿੰਦਗੀ 'ਚ ਕਿਤਨੇ ਗੁਨਾਹ ਕੀਤੇ ਤੇ ਕਿਤਨੇ ਚੰਗੇ ਕੀਤੇ। ਇਹ ਗੱਲ ਹੈ ਜਿਹੜੇ ਘਰੋਂ ਟੁਰੇ ਨਾ ਸੱਚ ਨੇ ਰੋਚਾ ਕਰਾਵੇ। हाँ? ओ बंदे कोई इन्ने नहीं अबू जी, तुसी जाओ उन्हानु घर लाया। ठीक है मेरा पुत्र, ठीक है, मैं उन्हानु दो मन लाके आऊंगा। ठीक है। अच्छा, क्या बात है, उन्हानी समझदारी दी और उन्हानी परख दी, अल्लाह दी बनाई हुई चीजा कदी भी गलत नहीं हो सकती। आलिया दे जी अब्बू जी। ओ आयन चुआर दो में अस्सलाम अस्सलाम वालेकुम बारे बाबू जी बाबू जी बो एक आ गया ओके बो मेरा बच्चा है दो में बिरान। अच्छा, ये इन्हें ये मेरी दी अबू जी ए जेड़े ना इन्हू इस कमरे च बवावो जी। अच्छा, और उन्होंने उस कमरे बवावो कोई ਚਾਹ ਪਾਣੀ ਦਾ ਖਿਦਮਤ ਦਾ ਮੌਕਾ ਦੇਵੇ। ਨਹੀਂ ਜੀ, ਅੱਲਾਹ ਦਾ ਸ਼ੁਕਰ ਹੈ ਸੀ ਘਰ ਜਾ ਖਾਲਿਸਾਂਸ ਤੇ ਜੀ ਫੈਸਲਾ ਲੈ ਕੇ ਆਇਆ ਜਮੀ ਬਾਹਰ ਬਹਿ ਬਹਿ ਕੇ ਵੀ ਸਾਡੀ ਤੇ ਜੀ ਸੁਕਣੇ ਪਾ ਗਿਆ ਸੀ ਅਸੀਂ ਤਾਂ ਉੱਥੇ। ਪਹਿਲੀ ਗੱਲ ਤੇ ਵੇ ਜੀ, ਉਸ ਭੂਮੀ ਦੇ ਮਾਲਿਕ ਤੁਸੀਂ ਹੀ ਹੋ ਜੀ, ਤੁਹਾਨੂੰ ਵੀ ਪਤਾ ਜੀ, ਮਾਂ ਬਾਪ ਮਰਨ ਤੋਂ ਬਾਅਦ ਜਾਇਦਾਦ ਜੀ ਮੈਂ ਆ ਮਾਲਿਕ ਹਾਂ ਤੈਵੇਂ ਵਿੱਚ ਜਿਹੜਾ ਰੋਲਾ ਗੱਤੀ ਕਰ ਉਹ ਪਿਆਂਦੇ ਜਾਇਦਾਦ ਜਿੰਨੀ ਹੋਵੇ ਦੁਆ ਦੋਨ ਦੀ ਗੱਲ ਸਾਰੀ ਤਾਂ ਸੁਣੋ ਭਾਈ ਜਾਨ ਨੂੰ ਇੰਜ ਨਹੀਂ ਅੱਬੂ ਜੀ
ਚਾਹ ਪਾਣੀ ਪੀ ਆਉਂਦੇ ਇਹਨਾਂ ਦੇ ਅੰਦਰ ਬਾਬਾ ਹਾਂ ਆਹ ਮੇਰਾ ਪੁੱਤਰ ਆਹ ਬੜਾ ਅੱਛਾ ਫੈਸਲਾ ਸੀ ਬਹੁਤ ਅੱਛਾ ਹਾਲੀ ਹੋਰ ਸਲਾਹ ਵੀ ਕਰਨੀ ਨਹੀਂ 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 ਸਲਾਹ ਕੋਈ ਤੁਸੀਂ ਕੋ ਖਾ ਪੀ ਲਓ ਨਾ ਤਾਂ ਬਸ ਮੋੜ ਆਹ ਆ ਛੋੜ वालेकुम सलाम जी उस आख्या सैनी मां की सैनी थी चल फैसला भी सैना ही करे एक्शन मेरी मां की कंजरी दी शहर में बाली पानी पता नहीं किसे ना लड़दा बैठा है देले चांदा बैठा है कंजरी मां दी कंजरी दी किसे फोन तक कोई गल करता नहीं फोन तो कोई ना सी मैं पानी पिवा कहती हां तो मैं शाके के कोड़ा बैठा है कंजरी मां दी है कंजरी दी होंदी ऐ बोले उसे अल्फाज आके हां थैंक यू है बाली कुछ नहीं नहीं पता नहीं मैंने कौन सी शादी किया क्या कुड़ी वो ना अबू की दिन अबू तो आओ बैठो ना एक ही करो भाली ना उन्हें मारी उस मैंने कौन वहाँ किया मैंने उस कौन वहाँ किया पहला फैसला था उधर ठीक है भाई उधर प्यो घर आवे धी दा क्योंकि धियां दे फैसले घरां दे विच होंदे देरियां ते नहीं होंदे इन छोर के बारे मेरी गल समझ नहीं आती पी की साबित करना चाहती थे मामा जी यार भरोसा रख दी थे जेड़ा फैसला कर सी अच्छा ही कर सी मेरा पुत्र जी अबू जी मैं सच्ची सच्ची गल दस मैं जो पूछा की होया की पुत्र मैं कौन तू मेरी धी है बिल क्यों मरेंदी पई और तुसी कौन हो मैं तेरा पियो हूं मेरा पुत्र जवाब ना दिता मैं आज बोल वही सके तुसी कौन मेरा पुत्र मैं तेरा प्यो हां तू भाई तू गल तो पूछ के दी तू मैं गल लुकाई है मेरा पुत्र है कौन बहन है तेरी तेरी बहन है मेरा पुत्र तेरी बहन है ये बहन आखण लगा जबान थोड़ी क्यों चिचरावी है अबू जी मैं तो अनुवाद दी पई हां मैनू दसो ने आज मेरे कोल कोई गाली की करदी पई हां ओ भाई सी मैं दसो मेरे पुत्र ठहर ते जा मैं दसे ना गल मेरा पुत्र मेनू सच्चाई दसो के असि कौन आ और मेरी मां कौन है मेरा पुत्र अरे कौन है मेरा पुत्र तेरी मां नमाजन प्रेजन तेरी दा की मतलब साडी आखो ना नेक मेरा पुत्र तेरी मां नेक है ते ते तेरी बहन है मेरा पुत्र तेरी मां नेक है ते तेरी बहन है अबू जी ਤੁਹਾਡੀ ਜ਼ਬਾਨ ਲੜਖੜਾਉਂਦੀ ਪਈ ਹੈ ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਨਾ ਮਿਲਿਆ ਅੱਜ ਮੇਰੇ ਕੋਲ ਉਹ ਗੁਨਾਹ ਹੋ ਸੀ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਮੈਂ ਲੋਕਾਂ ਨੂੰ ਮਸ਼ਵਰਾ ਦੇਣੀ ਆ ਕੰਮ ਨਹੀਂ ਕਰਨਾ ਅੱਜ ਮੈਂ ਬੋਲ ਜਾ ਸਾਬੂ ਜੀ ਕਿ ਮੈਂ ਤੁਹਾਨੂੰ ਮਾਰਗ ਦੇ ਸਾਂ ਅਗਰ ਮੇਰੇ ਅੱਜ ਤੀਕਰ ਜੋ ਤੁਸੀਂ ਫੈਸਲਾ ਲਿਆ ਸਾ ਬਰਦਾਸ਼ਤ ਕੀਤਾ ਤੁਸੀਂ ਜੋ ਗੱਲ ਕੀਤੀ ਸਾ ਸਹੀ ਹੈ ਪਰ ਅੱਜ ਸਵਾਲ ਮੇਰਾ ਔਰ ਮੇਰੀ ਭੈਣ ਦੇ ਸਾਡੀ ਇੱਜ਼ਤ ਦਾ ਸਵਾਲ ਹੈ ਅੱਜ ਮੈਂ ਅਬੂ ਜੀ ਬੋਲ ਵਈ ਸਾ ਤੁਹਾਨੂੰ ਅਬੂ ਜੀ ਕੀ ਗੱਲ ਹੈ ਕਿ ਮੈਨੂੰ ਸੱਚਾਈ ਦੱਸੋ ਅਬੂ ਜੀ ਇਹ ਕੀ ਗੱਲ ਹੈ अच्छा ठीक है मेरा पुत्र मैं दस दें ये तो मैं ना मेरा पुत्र इतने मैं जरी गल पूछी मैंने दस अच्छा ठीक है मैं तेरे दस दें मेरा पुत्र और
पहेलियां सुधारा और मैं आप एक पहेली बन के अपने घर दे विच घूमदी वदी हां, मैनू अपनी पहेली दा पता ही नहीं और मेरा प्यो मेरे तो भी झूठ बोलदा वदा है। मेरा पुत्र आलिया ए सच है कि तेरी मां नेक आ बख्त आलिया, तो मैं तेन क्यों आना कि तेरी शक्ल सूरत तेरी मां ते गई है, पर एक गल मैं छुपाई है मेरा पुत्र तेरे कोलों, वो मैंने माफ कर छी क्योंकि जड़ा ए तेरी वड्डी भैन है ना, ये रिश्ता मत तू तेरी मां नाल शादी करान तू पहले मैं एक कंजरी आ ओदे कोल जाके मैं डांस वे नाम, मैं तो सोचा के ही ना कि बिरादरी की होंदी है पहला की होंदा एक अयाशी दे विच, मैं उस ना मेरा पुत्र निकाह कर लिया ओदे विच वा तेरी भैन जम्मी, वो फौत हो गई उस तो बाद बिरादरी दे विच तेरी मां नाल मैं शादी की मेरा पुत जेदे विचों अलिया तू जमी है पुत। अबू मैं एडी वड्डी गल तू आज तक लुकाई रखी, मेरा पुत मैनू माफ कर दे क्योंकि एडा वड्डा राज मैं अपने देश सियाने को लुकाई वते हां, ए ना पता काश ए लफ्ज तुसी पहले सानू दस छड्डे होंदा, आज सच देवे क्यों ना इस तेरे घर दी पहेली आज ना छोरा सुधारी है। छोरा सुधारी ओ पूछ किवें किवें, मैं जा दरवाजा खोलिया हां मैं नु पानी दिता है, अच्छा उस पानी पीता है पर मैं कंड कीती है उस पिछू आख्या कि चंगिया मावां दिया चंगिया दिया, मैं इस टेंशन च बाहर आके परेशान बैठी हां इसे गल क्यों कीती है, मैं इसनु पानी दे के गलिया दुए छुआ रहा, अच्छा इस सुनजा पानी दिता है ओ सके ए पानी पी के पिवा के कांड करके रा पीछा टुरी है उस छुआ रखा कंजरी मां दी कंजरी दी छुआ रखा कंजरी मां दी कंजरी दी कंजरी दी इस जिवे अब्बू जी मेनू आके दसया है मेरा शक पक्के च बदल गया, अज तेरे घर दी दियां दी परख उन छोरा कीती है वो कोई इन्ने छुअर नहीं अबू जी, और हुण मेरी सुनो अज नहीं ते कल परसों आखिर साडी शादियां करनियां ने, परनावना ने दुए घर ते सन भेजना ही ने, बिल्कुल गलना है पुत्र क्योंकि अज मैं हाथ जोड़ के अबू जी सिर झुका के थोड़े अगे मिन्नत करें दी पई हां, जिहड़ा कल फर्ज अदा करना ने वो अज कर दिओ, और छुअर तुहाडे घर दोवें आ गए इन्हां दोवां नाल साडी शादी करा देवो, इन्हां तों वध के समझदार ते सुलझ होया मर्द सानू कोई नहीं लभना, जिन्ना साडी जिंदगी अबू परख लई और जिहड़ी गलती तुसीं प्यादे मैं गलती कीती है वो गलती ते मेरे जम्मण तों ही पहले दी है, मेरी मां दे आवण तो ही पहले दी है, अगर अल्लाह दी जात तो माफ कीता ते मैं कौन होनी हां, बस इस घर दे राज अगर उन्हां मर्दां नूं पता लगा ना बूजी ते साडी उन्हां दे नाल शादी करा छोड़ो, ताकि होर इस तों वड्डे इस तों समझदार जवाई अबू जी तुहानूं नहीं लभणे, सच तो आंदे पैया उन्हां दे मैं पैर फड के मिन्नत करनी हां, नहीं मेरा पुत्तर नहीं क्योंकि तू सच आख्या है कि अल्लाह पाक दे नेक बंदे तेरा दरवाजा खड़कंदे पे, वाकई मेरा पुत ये सच निकले है कि मेरा दरवाजा उन्हें वाकई खड़काया, अबू जी जेड़े चले मैं कौन हूं ना टुरदे उठ दी तौर पहचान सकते हैं वो कोई इन्ने नहीं है, और वो सजा अगर अल्लाह दी जात तुहानूं माफ कर दित्ता ना अबू जी ते मैं कौन होनी, और वैसे भी माफी अगर मंगनी ने ते इस कोलो मंगो, मेरे कोलो नहीं
ਮੇਰਾ ਪੁੱਤਰ ਤੁਸੀਂ ਪਿਓ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਅੱਜ ਤੱਕ ਔਰ ਅਗਰ ਤੁਸੀਂ ਮੇਰੀ ਮਾਂ ਕੰਜਰੀ ਵੀ ਆਈ ਉਹਨੂੰ ਘਰ ਦੀ ਇੱਜ਼ਤ ਬਣਾ ਕੇ ਲਿਆਂਦਾ ਉਹਦੀ ਇੱਜ਼ਤ ਕੀਤੀ ਹੈ ਤੇ ਮੈਂ ਵੀ ਤੁਹਾਨੂੰ ਅੱਬੂ ਜੀ ਮਾਫ਼ ਕੀਤਾ ਕਿਉਂਕਿ ਤੁਸੀਂ ਮੈਨੂੰ ਅੱਜ ਤੱਕ ਇਹ ਗੱਲ ਜਿਤਾਈ ਹੀ ਨਹੀਂ ਅਲੀਆ ਵਾਕਿਆ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਆਹੀ ਸਮਝਦਾ ਪਿਆ ਕਿ ਮੈਂ ਖੁਸ਼ਕਿਸਮਤ ਕਿਉਂ ਹਾਂ ਅਲੀਆ ਦੀ ਤੇਰੀ ਵਜ੍ਹਾ ਤੋਂ ਅੱਬੂ ਜੀ ਤੇਰੀ ਸਮਝਦਾਰੀ ਦੀ ਵਜ੍ਹਾ ਤੋਂ ਉਹਨਾਂ ਦਾ ਵੀ ਪਹੇਲੀ ਦਾ ਹੱਲ ਨਿਕਲ ਗਿਆ ਔਰ ਸਾਡਾ ਵੀ ਉਹ ਦੋਵੇਂ ਸਮਝਦਾਰ ਹਨ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਉਹ ਆਪਣੀ ਜ਼ਮੀਨ ਦੇ ਆਪ ਮਾਲਿਕ ਹਨ ਅਤੇ ਫੈਸਲਾ ਦੋਵਾਂ ਕੋਲੋਂ ਲੈਂਦੇ ਵਧਣ ਉਸ ਵਾਸਤੇ ਅੱਬੂ ਜੀ ਉਹਨਾਂ ਨੂੰ ਵੀ ਇੱਕ ਔਰਤ ਦੀ ਜ਼ਰੂਰਤ ਹੈ ਅਤੇ ਸਾਨੂੰ ਵੀ ਇੱਕ ਮਰਦ ਦੀ ਜ਼ਰੂਰਤ ਹੈ ਮੈਨੂੰ ਕੋਈ ਇਤਰਾਜ਼ ਨਹੀਂ ਭੈਣ ਜੀ ਮੈਂ ਤੂੰ ਕਰ ਅਲੀਆ ਦੇਖ ਅਗਰ ਸਾਰੀ ਜ਼ਿੰਦਗੀ ਤੇਰੇ ਪਿਓ ਤੇਰੇ ਫੈਸਲੇ ਤੋਂ ਕਦੀ ਪਿੱਛਾ ਕਦਮ ਨਹੀਂ ਨਾ ਹਟਾਇਆ ਤਾਂ ਅੱਜ ਵੀ ਤੇਰੇ ਫੈਸਲੇ 'ਤੇ ਪਿਓ ਰਜ਼ਾ ਬਣਦੇ ਮੇਰਾ ਪੁੱਤਰ ਅਗਰ ਤੁਹਾਡੇ ਦੋਵਾਂ ਦੀ ਇਸ ਗੱਲ 'ਚ ਖੁਸ਼ੀ ਹੋਵੇ ਤਾਂ ਮੇਰਾ ਪੁੱਤਰ ਮੇਰੀ ਉਹ ਖੁਸ਼ੀ ਹੈ ਜੋ ਮੇਰੇ ਭੈਣ ਔਰ ਮੇਰਾ ਗੱਲ ਕਰ ਲਓ ਤੁਸੀਂ ਅਗਰ ਨਾ ਮੰਨੇ ਇਹ ਹੱਥ ਜੋੜ ਕੇ ਮੈਂ ਮਨਾਈ ਸਾਂ ਮੇਰਾ ਪੁੱਤਰ ਇਸ ਤੋਂ ਅੱਛਾ ਰਿਸ਼ਤਾ ਨਹੀਂ ਅੱਬੂ ਜੀ ਸਾਨੂੰ ਲੱਭਣਾ ਅਯੋ ਜੇ ਨੇਕ ਜਿਸ ਇਨਸਾਨ ਨੂੰ ਜਵਾਈ ਲੱਭਣ ਮੈਂ ਕਿਉਂ ਨਾ ਉਹਨਾਂ ਦੇ ਆਪਣੇ ਮੈਂ ਆਪ ਉਹਨਾਂ ਦੇ ਪੈਰ ਫੜ ਕੇ ਮਿਹਨਤ ਕਰ ਲਈ ਸਾਂ ਕਿ ਤੁਸੀਂ ਮੇਰੇ ਪੁੱਤਰ ਬਣ ਜਾ ਅੱਬੂ ਜੀ ਢਿੱਲ ਨਾ ਖਾਤੋ ਜਾਓ ਜਦੋਂ ਜਵਾਈ ਮਿਲ ਜਾਵੇ ਸਮਝਦਾਰ ਤੇ ਸੁਲਝਿਓ ਹੱਥ ਨਾ ਫੂਕੋ ਦੇਰ ਨਾ ਕਰੋ ਬਸ ਠੀਕ ਹੈ ਸ਼ਾਦੀਆਂ ਕਰਾ ਦੇਣ ਠੀਕ ਹੋ ਗਿਆ ਮੈਨੂੰ ਮਾਫ਼ ਕਰੀ ਤੇਰੇ ਨਾਲ ਮੈਂ ਕਦੀ ਵੀ ਕਦੀ ਕੋਈ ਫਰਕ ਨਹੀਂ ਕੀਤਾ ਇਹ ਫਰਕ ਅੱਜ ਅਗਰ ਕਿਸੇ ਆ ਕੱਢਿਆ ਤੇ ਨਾ ਕੱਢਿਆ ਪਰ ਮੈਂ ਹਮੇਸ਼ਾ ਤੂੰ ਮੈਥੋਂ ਵੱਡੀ ਹੈ ਮੈਂ ਤੈਨੂੰ ਆਪਣੇ ਤੋਂ ਛੋਟੀ ਬਣਾ ਕੇ ਇਸ ਘਰੇ ਲੋਡ ਕਰਾਇਆ ਅਗਰ ਇਸ ਮੇਰੇ ਫੈਸਲੇ ਤੇ ਨਾਰਾਜ਼ ਹੈ ਤੇ ਮੈਂ ਮਾਫ਼ੀ ਮੰਗਦੀ ਹਾਂ ਕੋਈ ਨਾਰਾਜ਼ਗੀ ਨਹੀਂ ਤੇਰੀ ਜ਼ਿੰਦਗੀ ਤੂੰ ਘਰ ਛੱਡਿਆ ਮੈਨੂੰ ਕਿਸੇ ਹੋਰ ਨਾਲ ਤੂੰ ਸ਼ਾਦੀ ਕਰਨਾ ਚਾਹਨੀ ਤੇ ਕਰ ਸਕਨੀ ਨਹੀਂ ਨਹੀਂ ਮੈਂ ਕਿਸੇ ਨਾਲ ਨਹੀਂ ਕਰਨਾ ਚਾਹੁੰਦੀ ਅਰੂ ਮੇਰੇ ਵਾਲੇ ਵੇਖ ਅੱਜ ਇਸ ਮਰਦ ਤੈਨੂੰ ਪਹਿਚਾਣਿਆ ਤੇਰੀ ਪਰਖ ਕੀਤੀ ਤੂੰ ਚਾਹੁੰਦੀ ਕੱਲ ਕੋਈ ਹੋਰ ਮਰਦ ਤੇਰੇ ਬਾਰੇ ਗੱਲ ਕਰੇ ਨਹੀਂ ਕਿਉਂ ਨਾ ਹੋਵੇ ਜ਼ਿੰਦਗੀ ਦਾ ਸਾਥੀ ਇਸੇ ਨੂੰ ਬਣਾ ਲਾ ਜਿਵੇਂ ਤੁਸੀਂ ਫੈਸਲਾ ਕਰ ਛੱਡਿਆ ਮੈਨੂੰ ਮਨਜ਼ੂਰ ਹੈ ਬਸ ਪਰੇਸ਼ਾਨ ਨਹੀਂ ਹੋਣਾ ਵਾਹ ਮੇਰਿਆ ਮਾਲਕਾ ਕਿਸੇ ਕਿਸੇ ਦੀ ਜ਼ਿੰਦਗੀ 'ਚ ਕਿਤਨੇ ਸੱਚ ਹੁੰਦੇ ਨੇ ਔਰ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਹਕੀਕਤ ਕੀ ਹੈ ਮੈਂ ਤਾਂ ਆਪਣੇ ਆਪ ਨੂੰ ਭੁੱਲੀ ਵਧੀ ਆਮ ਕਿ ਮੈਂ ਕੀ ਹਾਂ ਮੈਂ ਕੀਤੀ ਰੱਖ ਤੂੰ ਖਾਤੀ ਨਿੱਕਾ ਭਰਾ ਬਣ ਕੇ ਜਿਵੇਂ ਕਿ ਸਾਰੀ ਜ਼ਿੰਦਗੀ ਖਾਂਦਾ ਹੈ ਅਜੇ ਜੀ ਤੁਸੀਂ ਸ਼ੱਕ ਕਰੇ ਦੋ ਇਹਦੀ ਗੱਲ ਗਲਤ ਹੈ ਕਾਈ ਸ਼ੱਕ ਕੇ ਨਿਕਲੇ ਤੂੰ ਇਮਾਨ ਕੁਰਾਨ ਸੌਂ ਚਕਾ ਤੇਰੇ ਦਿਨ ਗੁਮਾਨ ਚ ਗੱਲ ਨਹੀਂ ਕਾਈ ਨਾ ਵਿੱਚ ਮੋਟ ਸਮਝ ਖੁਦਾ ਦੀ ਮੇਰੇ ਜ਼ਹਿਨ ਚ ਜੀ ਕਾਈ ਗੱਲ ਨਹੀਂ ਮੈਂ ਸਿਰਫ ਆਇਆ ਸੱਚਾ ਤੇ ਤੈਨੂੰ ਅੱਲਾ ਖੈਰ ਕਰੇ ਇਸੇ ਗੱਲ ਦੀ ਮੌਤ ਪਾਉਣੀ ਜੇ ਤੋ ਜੋ ਤੋ ਇਸੇ ਐਂਸਰ ਮੇਰੇ ਜ਼ਹਿਨ ਚ ਕੋਈ ਗਲਤ ਨਹੀਂ ਕੋਈ ਮਸਲਾ ਬੁਰਾ ਨਾ ਮਨਾਓ ਤੁਸੀਂ ਇਜਾਜ਼ਤ ਦਿਓ ਜੀ ਇਹ ਅਸੀਂ ਹੁਣ ਆਪੇ ਆਪਸ ਵਿੱਚ ਮੁਕਾ ਲਿਸਾਂ ਤੂੰ ਕੀਤੀ ਬਾਤ ਨਾਲ ਬਿਰਾਜਵਾਨੀ ਅਸੀਂ ਇਕੱਠੇ ਹੋ ਕੇ ਰਹਿ ਲਿਸਾਂ ਜੀ ਸਾਨ ਅਗਲੀ ਮਾਰ ਕੇ ਦਿਓ ਮੇਰਾ ਪੁੱਤਰ ਮੈਂ ਸਾਰੀ ਜ਼ਿੰਦਗੀ ਲੋਕਾਂ ਦੇ ਫੈਸਲੇ ਕੀਤੇ ਨੇ ਅਤੇ ਤੁਹਾਡੇ ਆਉਣ ਨਾਲ ਨਾ ਇੱਕ ਬੜਾ ਵੱਡਾ ਫੈਸਲਾ ਮੇਰੇ ਮੋਢਿਆਂ 'ਤੇ ਆ ਕੇ ਪਿਆ ਜਿਹੜਾ ਦੁਨੀਆ ਦਾ ਕੋਈ ਬੰਦਾ ਨਹੀਂ ਕਰ ਸਕਦਾ ਸਿਵਾ ਤੁਹਾਡੇ ਦੋਵਾਂ ਪਿਤਾਵਾਂ ਤੋਂ ਐ ਪਿਓ ਸਾਰੀ ਜ਼ਿੰਦਗੀ ਦੇ ਵਿੱਚ ਨਾ ਮੈਂ ਦੋ ਦੀਆਂ
ਦੋਵਾਂ ਦੀਆਂ ਦੇ ਵਿੱਚ ਇੱਕ ਐਸਾ ਰਾਜ਼ ਹਾਂ ਕਿ ਜਿਹੜਾ ਮੈਂ ਹੁਣ ਤੱਕ ਲੁਕਾ ਕੇ ਨਹੀਂ ਵਰਤਿਆ। ਅੱਜ ਉਹ ਰਾਜ਼ ਤੁਸਾਂ ਬਾਹਰ ਦੋਵਾਂ ਕੱਢਿਆ ਤੇ ਬਿਰਾਵਾਂ। ਅਸਾਂ ਕਿਵੇਂ ਕੱਢੇ ਜੀ? ਕੋਈ ਸਮਝੇ ਨਹੀਂ ਸਹੀ, ਸਮਝੋ ਸਮਝਾਓ ਤਾਂ ਸਹੀ, ਕਿਹੜੀਆਂ ਪਹਿਲੀਆਂ 'ਚ ਪਾਏ ਜਾਂਦੇ ਹੋ? ਜਿਹਨਾਂ ਨੂੰ ਪੁੱਤਰ ਮੰਨੀਏ, ਪਰ ਕਿਵੇਂ? ਤੁਹਾਡੇ ਆਖਣ ਤੋਂ ਬਗੈਰ ਮੈਂ ਕਿਵੇਂ ਤੁਹਾਨੂੰ ਪੁੱਤਰ ਮੰਨ ਲਵਾਂ? ਸਰਦਾਰੀਆਂ ਉਤਰ ਤੱਕ ਆਉਂਦੀਆਂ ਨੇ, ਜਿੱਥੇ ਤੱਕ ਸਰਦਾਰੀਆਂ ਰਵੇ ਤੇ ਜਦੋਂ ਇੱਕ ਮਾਂ ਪਿਓ ਦੇ ਰਾਜ਼ ਖੁੱਲ ਜਾਵੇ ਨਾ। ਕਿਹੜਾ ਰਾਜ਼ ਖੁੱਲੇ? ਸਿਆਣੀ ਔਲਾਦ ਹਮੇਸ਼ ਰਾਜ਼ ਖੋਲ ਲੈਂਦੀ ਹੈ। ਚੱਕਰ ਮਾਰੀ ਸ਼ਾਦੀ ਤੋਂ ਦੂਰ ਦੀ ਗੱਲ। ਬਾਬਾ ਦੀ ਕਰਦੇ ਰਹੇ ਬਿਮਾਰ ਰਿਹਾ, ਟਾਈਮ ਹੀ ਕੋਈ ਲੱਗਾ, ਹੁਣ ਬਸ ਹੁਣ ਕਰਨਾ ਮੇਰਾ ਪੁੱਤਰ। ਮੈਂ ਤੁਹਾਨੂੰ ਅਗਰ ਜੇ ਆਪਣਾ ਪੁੱਤਰ ਬਣਾਵਾਂ, ਮੈਂ ਆਪਣੇ ਦੀਆਂ ਦੋਵੇਂ ਮੈਂ ਤੁਹਾਨੂੰ ਦੇਵਾਂ ਕਿ ਤੁਸੀਂ ਇਸ ਗੱਲ 'ਤੇ ਰਾਜ਼ੀ ਹੋ ਮੇਰਾ ਪੁੱਤਰ? ਪੁੱਤਰ ਨਹੀਂ ਨਹੀਂ ਬਜ਼ੁਰਗੋ, ਇਹ ਨਾ ਕਰਿਆ ਜੀ, ਸਾਨੂੰ ਸ਼ਰਮਿੰਦਾ ਨਾ ਕਰੋ ਜੀ। ਤੁਸੀਂ ਤੇ ਉਹ ਗੱਲ ਤੁਹਾਡੀ ਠੀਕ ਹੈ, ਲੇਕਿਨ ਮੇਰੇ ਜ਼ਹਿਨ 'ਚ ਇੱਕ ਸਵਾਲ ਹੈ, ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਪੁੱਛ ਸਕਦਾ। ਕੀ ਮੇਰਾ ਪੁੱਤਰ? ਬਾਈ ਦਾ ਤਾਂ ਪਤਾ ਨਹੀਂ ਬਈ, ਬਾਈ ਹੋਰਾਂ ਨਾਲ ਤੁਹਾਡੀ ਦੀ ਕੀ ਰਵੱਈਆ ਕੀਤਾ, ਲੇਕਿਨ ਮੈਂ ਆਪਣੀ ਦੱਸਣਾ ਚਾਹੁੰਦਾ ਜਿਹੜਾ ਤੁਹਾਡੀ ਦੀ ਮੇਰੇ ਨਾਲ ਰਵੱਈਆ ਕੀਤਾ। ਕੀ ਮੇਰਾ ਪੁੱਤ, ਕੀ ਹੋਇਆ? ਮੇਰੀ ਤਾਂ ਜ਼ਬਾਨ ਹੀ ਨਹੀਂ ਜ਼ੇਬ ਦਿੰਦੀ ਪਈ। ਜਿਸ ਟਾਈਮ ਮੈਨੂੰ ਪਾਣੀ ਪੀਵਾ ਮੈਂ ਆਈ ਹੈ ਨਾ ਜੀ, ਹਾਂ ਔਰਤ ਦਾ ਕੰਮ ਹੁੰਦਾ ਹੈ ਬਾਪੜ ਦਾ ਆਉਣਾ, ਦਰਵਾਜ਼ਾ ਖੜਕਾਉਣਾ, ਖੈਰ ਮੇਰਾ ਮਹਾਜ ਜੀ, ਹਾਂ ਉਸ ਇਜਾਜ਼ਤ ਲੈ ਕੇ ਆਉਣਾ ਹੈ, ਇਬਾਦਤ ਤਰੀਕੇ ਨਾਲ ਪਾਣੀ ਦੇਣਾ। ਹਾਂ ਹਾਂ ਮੇਰਾ ਪੁੱਤ। ਲੇਕਿਨ ਗੁਸਤਾ ਕੀ ਮਾਫ਼ ਜੀ, ਉਸ ਉਹ ਹਰਕਤ ਕੀਤੀ ਜਿਹੜੇ ਕੰਜਰਾਂ ਦੇ ਬਾਲ ਨਹੀਂ ਹੁੰਦੇ ਜੀ, ਕੰਜਰ ਟਬਰ ਚੋਂ ਕੰਜਰੀ ਸਵਾਣੀ ਜੋ ਬੱਚੀ ਪੈਦਾ ਹੋਈ ਹੁੰਦੀ ਹੈ ਤਾਂ ਉਹ ਇੱਕ ਹਰਕਤ ਕਰਦੀ ਹੈ ਜੀ, ਉਹਦੇ ਵਿੱਚ ਇਨਸਾਨੀਅਤ ਕੋਈ ਨਾ ਜੀ। ਮੈਂ ਜਿਹੜਾ ਦੇਖਿਆ ਭਾਈ, ਮੈਂ ਉਹ ਗੱਲ ਜਿਹੜੀ ਮੇਰੇ ਹੱਲ ਤਾਂ ਆਈ ਯਮੋਲੇ ਨਾ, ਦੋਵਾਂ ਦੀ ਮਾਂ ਇੱਕ ਨੇ, ਜਿਹੜੇ ਅਦਮ ਨਾਲ ਜੀ ਮੇਰੇ ਨਾਲ ਉਸ ਗੱਲ ਕੀਤੀ, ਮੈਂ ਤਾਂ ਉਸ ਤੇ ਰਾਜ਼ੀ ਹੋ ਗਿਆ। ਇਹ ਜ਼ਰਾ ਦੱਸ ਦੀ ਵਿਆਹ ਤੇ ਸਾਨੂੰ ਤੁਸੀਂ ਇਹਨੂੰ ਕਲੀਅਰ ਕਰ ਦਿਓ ਤਾਂ ਸਾਨੂੰ ਸਾਡੇ ਲਵਾਬ ਨਹੀਂ। ਮੇਰਾ ਪੁੱਤਰ ਇਹੋ ਤਾਂ ਰਾਜ਼ ਆ ਜਿਹੜਾ ਮੈਂ ਆਪਣਾ ਆਪ ਲੁਕਾਈ ਬੱਤਿਆ। ਜਿਹੜੀ ਮੇਰੀ ਵੱਡੀ ਧੀ ਹੈ ਫਰਜ਼ਾਨਾ, ਉਹ ਵਾਕਿਆ ਹੈ ਕੰਜਰੀ ਦੀ ਧੀ ਹੈ, ਕਿਉਂਕਿ ਮੈਂ ਕੰਜਰੀ ਨਾਲ ਸ਼ਾਦੀ ਕੀਤੀ ਆ। ਇਸ ਬੱਚੀ ਜੰਮਣ ਤੋਂ ਬਾਅਦ ਮੇਰੀ ਉਹ ਘਰ ਦੀ ਮਰ ਗਏ। ਜਿਹੜੀ ਮੇਰੀ ਆਲੀਆ ਧੀ ਹੈ ਇਹ ਮੇਰੀ ਆਪਣੀ ਬਿਰਾਦਰੀ ਚੋਂ ਹੈ, ਖਾਨਦਾਨ ਨਹੀਂ ਹੈ, ਆਪਣੀ ਨਸਲ ਦੀ ਹੈ ਇਹ ਧੀ ਮੇਰੀ, ਉਸ ਦੇ ਵਿੱਚੋਂ ਆ। ਕੋਈ ਗੱਲ ਨਹੀਂ ਚਾਚਾ, ਵੈਸੀ ਮਾਂ ਵੈਸੀ ਧੀ, ਲੇਕਿਨ ਕੋਸ਼ਿਸ਼ ਕਰ ਸਾ ਹੁਣ ਦੇ ਮਾਹੌਲ ਨਾਲ ਬਦਲ ਜਾ। ਨਹੀਂ ਜੀ, ਉਸ ਜੁੰਦ ਤੱਕ ਕਸੂਰ ਕੋ ਨਹੀਂ ਨਾ, ਬਸ ਮੋੜੋ ਖੂਨ ਥੋੜੇ ਜਿਹੇ ਤੇ ਸੰਨ ਕੋਈ ਇਤਰਾਜ਼ ਨਹੀਂ ਜੀ। ਮੈਂ ਇਸ ਵਾਸਤੇ ਤੁਹਾਡੇ ਕੋਲ ਪਹਿਲੇ ਜੀ ਆਪਣੀ ਬੇਟੀਆਂ ਕੋਲ ਪੁੱਛ ਲਓ ਜੀ। ਹਾਂ ਇਹ ਨਵੇਂ ਬਨਾਨੇ ਇਤਰਾਜ਼ ਹੋਵੇ ਤੇ ਨਹੀਂ ਨਹੀਂ ਨਹੀਂ, ਮੈਂ ਖੁਸ਼ ਕਿਸਮਤ ਆ ਕਿ ਮੇਰੀ ਧੀਆਂ ਖੁਦ ਹੀ ਫੈਸਲਾ ਕੀਤਾ ਹੈ ਕਿ ਅਯੋ ਜੇ ਸਮਝਦਾਰ ਮੇਰਾ ਪਿਓ ਤੈਨੂੰ ਜਵਾਈ ਕਦੀ ਨੂੰ ਲੱਭਣਾ ਹੈ, ਜੇ ਇਸ ਤਰੀਕੇ ਨਾਲ ਜਿਵੇਂ ਦਾ ਹੋ ਕੇ ਤੈਨੂੰ ਮਨਾਵਣੇ ਪਵੇ ਤੂੰ ਮਨਾ। ਨਹੀਂ ਨਹੀਂ ਜੀ, ਖੁਸ਼ ਨਹੀਂ ਜੀ, ਤੁਸੀਂ ਇਹ ਕਿਹੜੀ ਗੱਲ ਲੱਗੂ ਜਦੋਂ ਅਸੀਂ ਤੁਹਾਨੂੰ ਪਿਓ ਪੁੱਤਰ ਬਣ ਗਿਆ ਸੀ। ਖੁਸ਼ ਕਿਸਮਤ ਅਸੀਂ ਆ ਵੀ ਸਾਨੂੰ ਇੱਕ ਵਾਲਦ ਲੱਭ ਗਿਆ ਸਾਡੇ ਸਿਰ ਤੇ, ਵਾਲਦ ਦਾ ਸਾਇਆ ਹੀ ਕੋਈ ਨਾ ਜੀ। ਅਸੀਂ ਮੈਂ ਤਾਂ ਛੋਟਾ ਜਿਹਾ ਜਦੋਂ ਫੌਤ ਹੋ ਗਿਆ ਭਾਈ ਹੋਰਾਂ ਨਾਲ, ਨਾਲੇ ਹੁਣ ਸਾਡੀ ਸ਼ਾਦੀ ਹੋਣ ਦਾ ਤਾਂ ਅਸੀਂ ਰਿਸਕ ਹੋਰ ਵਧਾ ਸਕਣੇ। ਬਰਕਤ ਬਰਕਤ ਬਣੀ। ਅੱਛਾ ਇਹਦਾ ਮਤਲਬ ਹੈ ਕਿ ਮੈਂ ਆਪਣੇ ਦੋ ਪੁੱਤਰਾਂ ਦਾ ਪਿਓ ਆਪਣੇ ਆਪ ਨੂੰ ਮੰਨ ਲਵਾਂ ਜੀ? ਜੀ ਬੇਫਿਕਰ ਹੋ ਜਾਓ ਜੀ। ਅੱਛਾ ਅਸਾਂ ਤਾਂ ਮੰਨ ਲਿਆ ਜੀ, ਤੁਸੀਂ ਵੀ ਆਪਣੇ ਪੁੱਤਰ ਮੰਨ ਲਓ ਤਾਂ ਚੰਗੀ ਗੱਲ ਹੀ ਹੈ। ਚਲੋ ਆਪ ਤੋਂ ਇੱਥੇ ਬਾਹਰ ਜਿਹੜੀ ਆਲੀਆ ਹੈ ਉਹ ਮੇਰਾ ਪੁੱਤਰ, ਉਹਦੀ ਸ਼ਾਦੀ ਤੇਰੇ ਨਾਲ, ਜਿਹੜੀ ਫਰਜ਼ਾਨਾ ਹੈ ਉਹ ਸ਼ਹਿਜ਼ਾਦ ਦੇ ਨਾਲ। ਠੀਕ ਹੈ, ਉਹ ਮੈਂ ਕਮਾਂਡ ਕਰ ਸਕਦੀ ਹਾਂ। ਅੱਛਾ ਮੇਰਾ ਪੁੱਤਰ ਆਓ, ਵੈਸੇ ਵੀ ਕੁਰਬਾਨੀ ਦੇਣੀ।
अस्सलाम वालेकुम गाइस, मैं हूं आलिया मलिक और इस वक्त आप देख रहे हैं आलिया मलिक ओरिजिनल और मांझी ऑफिशियल की टीम आपके सामने। और साथ में ये भी आपको बताना चाहती हूँ कि मांझी ऑफिशियल खुद हाजिर हैं आज, बहुत बड़ी बात है क्योंकि ज्यारत हुई है आप सब की भी और मेरी भी और हम सब की भी। ये ऐसे और बहुत शुक्रिया जी, थैंक यू। आज आपने स्टोरी देखी है, देखो ये स्टोरियाँ अक्सर हम जब बचपन में ना अपने बाप दादा से ये स्टोरियाँ सुनते थे और ये कहानियों में स्टोरियाँ होती थी, तो आज सच में बाबे मोहम्मद यार ने हमें ये स्टोरी दी है और समझदारी की ये स्टोरी एक समझ पे थी। हर बंदे की समझ में ये बात आती नहीं है और जो हमारे बड़े इस वक्त बुज़ुर्ग हमारे हमारा ये मतलब जो देखते हैं हमें लाइक करते हैं, जो स्टोरियां हमारी जिनको समझ आती है ये उनकी बात तो बहुत जल्दी समझ में आ जाएगी कि वाक़ ही एक परख किसको कहते हैं, कैसे समझदारी की बात उन लड़कों ने की और कैसे एक समझदारी का फ़ैसला किया जाता है। बात ये नहीं कि वो हर फैसला बेटी से पूछ के लेता है, बात ये है कि उसकी समझ में ये आता है कि मैं कोई भी गलत फ़ैसला ना ले पाऊँ, मैं एक मशवरा कर लूँ। उसने ये नहीं कभी सोचा कि मैं किसी मर्द से लूँ या किसी औरत से लूँ, वो एक मशवरा लेता और मैं भी उनके साथ एक अच्छे मशवरे में शामिल हो जाती हूँ। और हाँ दूसरा ये असल थे एक चीज़ दिखाई कि आज तो तकरीबन 50-60 साल पहले या उस जेड़ी भी जिंदगी गुजरी, यानी बादशाह वाले वेले दिया टेक्निकल चीज़ें कोई ना होनी साढ़े को डिवाइसेस कोई ना होनी चीज़ें पता करन दिया, उस टाइम लोग इतने समझदार होंदे किसी दी धी बहन दी परख करनी होने ना ते ओ लगदी पई दे मतलब अगू ना झाड़ू सट सटना मुतार रेड़ सटनी कि एक चाहती या नहीं, अगर उस हट के पहले ओ चाहिए तो मुड़ा आखना क्या बात है जी साढ़े घर की इज्जत बन सकती है, और अगर वह लग तू टपा के लग गई है तो मुड़ना ही नहीं 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 ये घर वसावन के काबिल कोई नहीं। ये उस दौर की स्टोरी है जी, और बाबे मोहम्मद यार सानू एक राती बह के जबानी जबानी सुनाई है, अस अज इस काम करके थानू विखा दिता है जी, बड़ी मेहरबानी शुक्रिया। लोग इतने समझदार और इस तरह परख करें चीज़ा की, उठ दी वेख लो या मिठे दी वेख लो या एक अख तू काना है उस दी वेख लो उन्हें किस तरह वो परख की है, और इस तरह औरत की भी पहचान हो जाती है, पता चल जाता उसकी चढ़तल तू उसकी लहजे तू उसकी चाल चलन तू पता चल जाता है कि एक आई है उस बिस्मिल्ला कीता दूई आई उस लत मारी है दरवाजे नू खोल के सका पीवने ते पीने ते आ जा रही हैं पाकिस्तान की इंटेलीजेंस को या इंडिया की जी इंटेलीजेंस वाली है ना बहुत अच्छा काम किया है, थैंक यू जी, बहुत शुक्रिया। इस वक्त जी कैमरामैन मोहसिन रजा, बाबा मोहम्मद यार और मान जी ऑफिशियल, मैं सुल्तान मुमताज भाई, फरजाना नोकिया 1100 शहजाद भाई, और मैं ते आलिया मलिक तुहानू तां पता ही है। तो हाँ जी एक दूसरा है तुहानू दसना चाहिए, हर रात 9 बजे असी आ रहे हैं जी लाइव लाइव बह के, साडे कोल सवाल पूछे भी करो सुने भी करो तो दसे भी करो। और दूसरा है वेख के जी साडा पेज भी है आलिया मलिक ओरिजिनल फेसबुक पेज, ओ क्यों दसा आलिया मलिक ओरिजिनल पेज है मेरा फेसबुक पेज, वो भी वेख्या करो उस भी शॉर्ट स्टोरियां साड़ियां आ रही हैं। और दूसरा है वेखे मान जी सन छोड़ के मुड़ जा रहा ड्रामे गीर है बड़ा वड्डा ए जा रहा कश्मीर लाइव है हम सना तुसी घर बैठे हो मैं कश्मीर बैठे हम जिथे सर्विस कोई नहीं होने दो सकदी लाइव ते कोशिश करसा के लाइव दे विच भी इंशाल्लाह जुमे नु ना चले जावना अल्लाह पाक खैर खैरियत नाल नन भी ला जावे नंदे वास्ते दुआ करया चिल करन जा रहे हैं आजाद कश्मीर नहीं करवावन जा रहे चिल करन जा रहे हैं जंदे आजाद और असि पीछे धुप्पा ते सड़सा ते काम करसा नौकर नौकर ही होंदे सरदार सरदार होंदे जिवें भी है। बड़ी मेहरबानी जी शुक्रिया, साढ़े त्राई चैनल हैं जिन्हों का नाम है आलिया मलिक ओरिजिनल मांझी ऑफिशियल आलिया मलिक टीवी, उन लाइक करन कारण सब्सक्राइब करन कारण बहुत शुक्रिया। पाकिस्तान पाक फौज।